हाँ जी, सत श्रीकाल जी सारिआं नूं। ते आ गया जी अपना सैकेंड पार्ट अपने सैटअप टूर दा। ठीक है, फर्स्ट जे तां तुसीं वेख लिया होगा, ते हुण जिहड़ा सैकेंड इस दे विच आपां अज फिनिश कर दांगे टूर अपना। जिहड़ा मेन अपना पोर्शन रह गया इधर गया, हाँ आ रिहा, मेन अपना पोर्शन रह गया ਤੇ ਇਹ ਤੁਹਾਨੂੰ ਮੈਂ ਵਿਖਾ ਕੇ ਤੇ ਆਪਣਾ ਟੂਰ ਕਰਦੇ ਹਾਂ ਖਤਮ। ਉਸ ਤੋਂ ਬਾਅਦ ਫਿਰ ਕਰਦੇ ਆ ਆਪਣੇ ਵਲੌਗ ਸ਼ੁਰੂ ਅੱਗੇ। ਠੀਕ ਆ, ਤੇ ਚਲੋ ਜੀ ਆਪਾਂ ਸ਼ੁਰੂ ਕਰਦੇ ਹਾਂ ਥੱਲੜੇ ਪੋਰਸ਼ਨ ਤੋਂ, ਜਮਾਂ ਥੱਲੋਂ ਸ਼ੁਰੂ ਕਰਦੇ ਹਾਂ। ਚਲੋ ਠੀਕ ਆ, ਇੱਥੇ ਪਏ ਨੇ ਆਪਣੇ ਤਿੰਨ ਬੋਕਸ ਜਿਨ੍ਹਾਂ ਦੇ ਵਿੱਚ ਆਪਣਾ ਸਮਾਨ, ਤੇ ਸਮਾਨ ਹੀ ਸਮਾਨ ਕਿਵੇਂ ਆ ਉਹ ਤੁਹਾਨੂੰ ਮੈਂ ਦੱਸ ਦੇਣਾ। ਆ ਵੇਖੋ ਜੀ, ਇਸ ਦੇ ਵਿੱਚ ਨੇ ਆਪਣੀਆਂ ਮੋਟਰਾਂ ਸਾਰੀਆਂ, ਆ ਉਹ ਗੇਅਰ ਬੋਕਸ ਨੇ ਜਿਨ੍ਹਾਂ ਦੇ ਡੱਬੇ ਮੈਂ ਇੱਥੇ ਰੱਖੇ ਸੀ, ਤੁਹਾਨੂੰ ਮੈਂ ਪੁਰਾਣੀ ਵੀਡੀਓ 'ਚ ਵਿਖਾਏ ਸੀਗੇ। ਆਖੋ ਆ ਜਿਹੜੇ ਡੱਬੇ ਪਏ ਨੇ ਇੱਥੇ, ਆ ਗੇਅਰ ਬੋਕਸ ਆਏ ਸੀ ਇਹਦੇ ਵਿੱਚ, ਮੈਂ ਲੋਕਲ ਮਾਰਕੀਟ ਤੋਂ ਲੈ ਕੇ ਆਇਆ ਸੀਗਾ, ਅਤੇ ਤੁਸੀਂ ਖਰੀਦ ਸਕਦੇ ਹੋ, ਈਜ਼ੀਲੀ ਮਿਲ ਜਾਣਗੇ। ਗੇਅਰ ਡਰਿੱਲ ਦਾ ਗੇਅਰ ਬੋਕਸ ਹੁੰਦਾ ਹੈ, ਅਤੇ ਉਸ ਤੋਂ ਇਲਾਵਾ ਨੇ ਇੱਥੇ ਮੋਟਰਾਂ ਕਾਫੀ। ਠੀਕ ਹੈ, ਹੁਣ ਜਿੱਦਾਂ ਆਹ ਮੋਟਰਾਂ ਨੇ, ਆ ਵੱਡੀਆਂ ਜ਼ਿਆਦੀਆਂ ਨੇ, ਇਹ ਆਪਾਂ ਟਰੈਕਟਰਾਂ 'ਚ ਨਹੀਂ ਯੂਜ਼ ਕਰ ਸਕਦੇ, ਪਰ ਕਿਸੇ ਹੋਰ ਪ੍ਰੋਜੈਕਟ 'ਚ ਜਿੱਦਾਂ ਵਾਟਰ ਪੰਪ ਬਣਾਉਣਾ ਹੈ ਜਾਂ ਕੋਈ ਕਟਰ ਵਗੈਰਾ ਬਣਾਉਣਾ ਹੈ, ਠੀਕ ਹੈ, ਉਹਦੇ 'ਚ ਆਪਾਂ ਇਹ ਮੋਟਰਾਂ ਯੂਜ਼ ਕਰਦੇ ਹਾਂ। ਆਹ ਇੱਕ ਗੇਅਰ ਬੋਕਸ ਜਿਹੜਾ ਮੈਂ ਆਪ ਤਿਆਰ ਕੀਤਾ ਹੋਇਆ, ਆਉਣ ਵਾਲੇ ਟਾਈਮ 'ਚ ਆਪਣੇ ਵੱਡੇ ਟਰੈਕਟਰ ਯੂਜ਼ ਕਰਾਂਗੇ ਹਰੇ ਵਾਲੇ 'ਚ, ਠੀਕ ਹੈ, ਉਹਦੇ ਲਈ ਮੈਂ ਸਪੈਸ਼ਲ ਆ ਗੇਅਰ ਬੋਕਸ ਤਿਆਰ ਕੀਤਾ ਸਾਰਾ, ਆਉਣ ਵਾਲੇ ਟਾਈਮ 'ਚ ਆ ਜੂ ਵੀਡੀਓ। ਉਸ ਤੋਂ ਇਲਾਵਾ ਤੁਸੀਂ ਹੋਰ ਵੇਖ ਲਓ, ਮੋਟਰਾਂ ਨੇ ਖਰਾਬ ਨੇ ਜ਼ਿਆਦਾਤਰ ਮੋਟਰਾਂ ਇਹਨਾਂ 'ਚੋਂ, ਠੀਕ ਹੈ, ਜਾਂ ਜਿੱਦਾਂ ਵੇਖੋ ਜੰਗਾਲ ਲੱਗਾ ਹੋਇਆ ਇੱਦਾਂ ਦੀਆਂ ਮੋਟਰਾਂ ਨੇ। ਠੀਕ ਹੈ ਜੀ, ਇਸ ਬੋਕਸ 'ਚ ਹੋਰ ਕੁਛ ਨਹੀਂ ਆ। ਜਾਂ ਵੇਖੋ ਆਪਣੇ ਪ੍ਰੀਤ ਦਾ ਮਡਗਾਰਡ ਵੀ ਇੱਕ ਇਹਦੇ ਵਿੱਚ ਹੈ, ਅਤੇ ਇਹਨੂੰ ਵੀ ਰੱਖ ਲੈਣੇ ਪੂਰੀ ਇੱਥੇ ਹੀ। ਲਓ ਜੀ ਇਹ ਬੋਕਸ ਵਿੱਚ, ਹੁਣ ਆ ਗਈ ਸੈਕਿੰਡ ਦੀ ਵਾਰੀ। ਆਹ ਸੈਕਿੰਡ ਬੋਕਸ ਆ, ਇਹਦੇ ਵਿੱਚ ਆਪਣਾ ਮੇਨਲੀ ਚਾਰਜਰ। ਆਹ ਜਿਹੜੇ ਵੀਰਾਂ ਦਾ ਕਮੈਂਟ ਹੁੰਦਾ ਬਾਈ ਮੋਟਰ ਤੁਸੀਂ ਬੈਟਰੀਆਂ ਕਿਹੜੇ ਚਾਰਜਰ 'ਤੇ ਚਾਰਜ ਕਰਦੇ ਹੋ, ਆਹ ਜੀ ਉਹ ਚਾਰਜਰ ਵੇਖ ਲਓ, ਇਹ 3 ਤੋਂ ਲੈ ਕੇ 12 ਵੋਲਟ ਤੱਕ, ਸੋਰੀ 3 ਤੋਂ 24 ਵੋਲਟ ਦਿੰਦਾ, ਇਹਨੂੰ ਜਿੰਨਾ ਘੁਮਾਵਾਂਗੇ ਉਨੀ ਵੋਲਟ। ਆ ਸਕਰੀਨ 'ਤੇ ਵੋਲਟੇਜ ਵਿਖਾਉਂਦਾ ਕਿ ਮੈਂ ਆਪ ਜਿਹੜੇ ਕਨੈਕਟਰ ਲਾਏ ਹੋਏ ਨੇ ਇਹਦੇ ਵਿੱਚ, ਠੀਕ ਹੈ। ਬੈਟਰੀ ਵੀ ਇਹਦੇ ਤੋਂ ਚਾਰਜ ਕਰਦਾ ਮੈਂ, ਛੋਟੀਆਂ ਬੈਟਰੀਆਂ ਵੀ ਇਹਦੇ ਤੋਂ ਚਾਰਜ ਕਰਦਾ, ਛੋਟੀਆਂ ਬੈਟਰੀਆਂ ਤੁਹਾਨੂੰ ਅੱਗੇ ਵਿਖਾ ਦਾਂ ਮੈਂ। ਅਤੇ ਆਹ ਆਪਣੇ ਸੈੱਲ ਵਾਸਤੇ, ਠੀਕ ਹੈ, ਇਹਦੇ ਵਿੱਚ ਇੱਦਾਂ ਇੱਦਾਂ ਦਾ ਸੈੱਲ ਪਾ ਕੇ ਅਤੇ ਚਾਰਜ ਕਰ ਦਿੰਦਾ, ਇੱਕ ਟਾਈਮ 'ਤੇ 4 ਸੈੱਲ ਚਾਰਜ ਕਰਦਾ ਹੈ। ਆਹ ਵੇਖੋ, ਇਹ ਮੈਂ ਉਦੋਂ ਲਿਆਂਦਾ ਸੀ, ਇਹਦੀ ਅਨਬੋਕਸਿੰਗ ਦੀਆਂ ਵੀਡੀਓਜ਼ ਮੈਂ ਸਭ ਕੁਝ ਪਾਇਆ ਹੋਇਆ, ਹਾਲਾਂਕਿ ਆ ਚਾਰਜਰ ਦੀ ਅਨਬੋਕਸਿੰਗ ਕੀਤੀ ਹੋਈ, ਇਹਦੀ ਵੀ ਅਨਬੋਕਸਿੰਗ ਕੀਤੀ, ਸਭ ਵੀਡੀਓ ਦੀ ਅਨਬੋਕਸਿੰਗ ਕੀਤੀਆਂ ਹੋਈਆਂ, ਤੁਸੀਂ ਚੈਨਲ 'ਤੇ ਡਿਟੇਲ 'ਚ ਜਾ ਕੇ ਦੇਖੋਗੇ ਨਾ ਤੁਹਾਨੂੰ ਮਿਲ ਜਾਣੀਆਂ। ਆਪਣਾ ਮੀਟਰ ਹੈ ਵੋਲਟੇਜ ਚੈੱਕ ਕਰਨ ਲਈ, ਜਿਵੇਂ ਹੋਰ ਬਹੁਤ ਕੁਝ ਚੈੱਕ ਹੁੰਦਾ, ਐਮਪੇਅਰ ਅੰਪੂਅਰ ਸਭ ਕੁਝ ਹੁੰਦਾ, ਪਰ ਆਪਾਂ ਨੋਰਮਲੀ ਵੋਲਟੇਜ ਹੀ ਚੈੱਕ ਕਰਦੇ ਹਾਂ, ਹੋਰ ਕੁਝ ਆਪਾਂ ਚੈੱਕ ਨਹੀਂ ਕਰਨਾ ਹੁੰਦਾ, ਅਤੇ ਇਹਨੂੰ ਕੱਢ ਲੈਂਦੇ ਹਾਂ ਬਾਹਰ। ਉਸ ਤੋਂ ਇਲਾਵਾ ਆਹ ਇਹ ਆਪਣਾ ਬੈਟਰੀ ਵਾਲੀ ਚਾਰਜਰ ਹੈ, ਇਹ ਆਪਣੇ ਜਿਵੇਂ 3 ਸੈੱਲ 2 ਸੈੱਲ ਬੈਟਰੀਆਂ ਚਾਰਜ ਕਰਨ ਲਈ ਹੁੰਦਾ, ਨੋਰਮਲੀ ਜਿਹੜੀਆਂ ਆਪਣੇ ਵੱਡੇ RC ਕਾਰਾਂ 'ਚ ਹੁੰਦੀਆਂ ਨਾ ਬੈਟਰੀਆਂ, ਉਹ ਚਾਰਜ ਕਰਦਾ, ਔਨਲਾਈਨ ਬੈਟਰੀਆਂ ਮਿਲਦੀਆਂ ਨੇ, ਇਹ ਉਹ ਚਾਰਜ ਕਰਨ ਵਾਸਤੇ ਆ। ਇਹ ਨੋਰਮਲੀ ਆਪਾਂ ਸੈੱਲ ਚਾਰਜ ਕਰਨ ਲਈ ਮੰਗਾਇਆ ਸੀਗਾ, ਅਤੇ ਉਹ ਬੈਟਰੀਆਂ ਤੁਹਾਨੂੰ ਮੈਂ ਅੱਗੇ ਵਿਖਾ ਦੇਣਾ ਕਿਹੜੇ ਸੈੱਲ ਆਪਾਂ ਇਹਦੇ ਨਾਲ ਚਾਰਜ ਕਰਦੇ ਹਾਂ। ਉਸ ਤੋਂ ਇਲਾਵਾ ਇਹਦੇ ਵਿੱਚ ਕੁਛ ਸੈੱਲ ਪਏ ਨੇ ਆਪਣੇ, ਅਤੇ ਆਹ ਚਾਰਜਰ ਨੇ ਸਾਰੇ, ਠੀਕ ਆ। ਚਾਰਜਰ ਨੇ ਆਪਣੇ ਜਿੱਦਾਂ ਮੋਨਸਟਰ ਟਰੱਕ 'ਚ ਬੈਟਰੀ ਪੈ ਗਈ, ਜਾਂ ਰਿਮੋਟ ਕੰਟਰੋਲ ਆਪਣੇ ਬੋਟ ਹੈ ਉਹਦੀਆਂ ਬੈਟਰੀਆਂ, ਸਭ ਕੁਛ ਇਹਦੇ ਵਿੱਚ ਹੈ। ਆਹ ਵੇਖੋ ਆਪਣੇ ਬੋਟ ਦੀ ਬੈਟਰੀ ਹੈ, 7.2 ਵੋਲਟ ਹੈ, ਠੀਕ ਹੈ, ਠੀਕ ਹੈ। ਉਸ ਤੋਂ ਇਲਾਵਾ ਹੋਰ ਇਹਦੇ ਵਿੱਚ ਸੈੱਲ ਸੁੱਲ ਨੇ ਆਪਣੇ ਚਾਰਜਰ ਨੇ, ਹੋਰ ਜ਼ਿਆਦਾ ਕੁਛ ਹੈ ਨੀਗਾ, ਛੇਤੀ ਪਾਓ ਇਹਨੂੰ ਵਿੱਚ। ਐਂ ਕਰਕੇ ਸਮਾਨ ਰੱਖਦਾ ਮੈਂ, ਅਤੇ ਹੁਣ ਵਾਰੀ ਆਉਂਦੀ ਆਪਣੇ ਤੀਜੇ ਬੋਕਸ ਦੀ, 3rd and last ਥਰਡ ਹੀ ਰੋ 'ਚ। ਆਹ ਇਹ ਡਬਲ ਸਾਈਡ ਟੇਪ ਪਈ ਹੋਈ ਹੈ, ਆਹ ਆਪਣਾ ਮੇਨ ਕੰਟਰੋਲਰ ਹੈ ਜਿਹੜਾ ਕਿ 3 ਸਾਲ ਤੋਂ ਮੈਂ ਯੂਜ਼ ਕਰ ਰਿਹਾ, ਅੱਜ ਤੱਕ ਸੁੱਖ ਨਾਲ ਕੋਈ ਦਿੱਕਤ ਨਹੀਂ ਆਈ ਇਹਦੇ ਵਿੱਚ, ਠੀਕ ਹੈ, ਬਹੁਤ ਵਧੀਆ ਚੱਲ ਰਿਹਾ। ਸਪੀਡ ਕੰਟਰੋਲਰ ਹੈ, ਬਾਹਰੋਂ ਤੁਹਾਨੂੰ ਐਂ ਡੱਬੀ ਜੀ ਲੱਗਦੀ ਹੋਊਗੀ, ਪਰ ਅਸਲ 'ਚ ਕੰਟਰੋਲਰ ਆ ਇਹਦੇ ਵਿੱਚ ਰੱਖਿਆ ਹੋਇਆ ਮੈਂ ਆ ਰਿਹਾ, ਠੀਕ ਹੈ, ਇਹਦੇ ਵਿੱਚ ਹੀ ਬਟਨ ਹੈ ਬੈਕਵਰਡ ਫੋਰਵਰਡ ਦੀ, ਅਤੇ ਮੈਂ ਡੱਬੀ 'ਚ ਪਾਇਆ ਮਿੱਟੀ ਘੱਟਾ ਨਾ ਪਵੇ ਇਸ ਕਰਕੇ। ਅਤੇ ਇਹਦੇ ਵਿੱਚ ਆਪਣੀ ਪ੍ਰਿੰਟਰ ਦਾ ਸਮਾਨ ਸਾਰਾ ਜਿਹੜਾ ਕਿ ਨਾਲ ਆਇਆ ਸੀਗਾ, ਉਹਦੇ ਟੂਲ ਕੁਛ ਐਕਸਟਰਾ ਨਟ ਨੋਜ਼ਲ ਅਤੇ ਸਭ ਕੁਛ ਇਹਦੇ ਵਿੱਚ ਪਿਆ ਹੋਇਆ। ਅਤੇ ਆਹ ਜਿੰਨੀਆਂ ਵੀ ਤਾਰਾਂ ਆਪਣੇ ਟਰੈਕਟਰਾਂ 'ਚ ਆਪਾਂ ਯੂਜ਼ ਕਰਦੇ ਹਾਂ ਉਹ ਤਾਰਾਂ ਪਈਆਂ ਹੋਈਆਂ ਨੇ, ਅਤੇ ਆ ਵੇਖੋ ਜਿਹੜਾ ਮੈਂ ਪਹਿਲਾਂ ਤੁਹਾਨੂੰ ਪਿਛਲੀ ਵੀਡੀਓ 'ਚ ਵਿਖਾਇਆ ਸੀ 12 ਵੋਲਟ ਵਾਲਾ ਚਾਰਜਰ ਜੋ ਵੀ ਪਿਆ ਹੋਇਆ, ਆ LEDs 'ਚ ਯੂਜ਼ ਕਰਦੇ ਹਾਂ ਆਪਾਂ, LEDs ਪਈਆਂ ਹੋਈਆਂ। ਅੱਗੇ ਆਉਣ ਵਾਲੇ ਟਾਈਮ 'ਚ ਮੇਰੀ ਸਲਾਹ 12 ਜਿਹੜਾ ਆਪਣਾ ਸੈੱਟ ਲਾਉਂਦੇ ਅਤੇ LEDs ਲਾਉਣ ਦੀ। ਆਹ ਜਿਹੜਾ ਹੀਟ ਸ਼ਰਿੰਕ ਪੇਪਰ ਇੱਦਾਂ ਦਾ ਕੁਛ ਕਹਿੰਦੇ ਆ ਇਹਨੂੰ, ਵੀ ਬੈਟਰੀ ਦੇ ਉੱਤੇ ਚੜਾ ਕੇ ਜਿਵੇਂ ਗਰਮ ਕਰਾਂਗੇ ਉੱਤੋਂ ਉਹਨੂੰ ਕਵਰ ਕਰ ਲੂਗਾ ਪੂਰਾ, ਠੀਕ ਹੈ। ਆਪਣੀ ਬੈਟਰੀਆਂ ਵੇਖ ਲਏ ਉਹਦੇ ਉੱਤੇ ਆਪਾਂ ਚੜਾਇਆ ਹੋਇਆ, ਬਸ ਹੋਰ ਇਹਦੇ ਵਿੱਚ ਕੁਝ ਜ਼ਿਆਦਾ ਹੈ ਨੀਗਾ, ਅਤੇ ਇਹਨੂੰ ਵੀ ਆਪਾਂ ਰੱਖ ਦਿਆਂ ਵਿੱਚ। ਹੁਣ ਵਾਰੀ ਆਉਂਦੀ ਹੈ ਉਤਲੀ ਰੋ ਦੀ, ਸੈਕਿੰਡ ਰੋ, ਠੀਕ ਹੈ, ਬੋਕਸ ਨੰਬਰ 1। ਇਹ ਮੈਂ ਛੇਤੀ ਨਿਬੇੜਾਂਗਾ, ਹੁਣ ਵੀਡੀਓ ਬਹੁਤ ਲੰਬੀ ਹੋ ਜਾਣੀ, ਪਤਾ ਹੀ ਹੈ ਸਾਰਿਆਂ ਨੂੰ। ਆ ਵੇਖੋ ਇਹਦੇ ਜਿੰਨੇ ਛੋਟੇ ਨਟ ਜਿਹੜੇ ਕਿ ਨੋਰਮਲੀ ਸ਼ੋਪ ਤੋਂ ਲੈ ਕੇ ਆਇਆ ਸੀ ਮੈਂ,
सैकेंड डब्बा है अपना, ये भी इन्हें सेम वही नट ने, सिर्फ लंबाई से थोड़े जे ज़्यादा लंबे ने नट। ठीक है, अगला बॉक्स अपना आ इस हिसाब नालों इंपोर्टेंट मेरे वास्ते, क्योंकि इस दे विच ने सामना छोटे छोटे नट जिहड़े आपां ट्रैक्टरां च यूज करते हैं। अब को हुण तां सामना छोटे नट ने, ठीक है, मैं मंगवाना नहीं सी चाहुंदा, मैनूं इह सी थोड़े जे वड्डे आउणगे साइज़ च नट, पर नट आ गए। ये मैं Banggood.com तो मंगाए सी, जिहड़े कि तकरीबन 4 महीनों मेरे तक पहुँचे सी आ नट। ठीक है, उस तो इलावा इत्थे छोटे नट पए ने जिहड़े कि आपां अपने प्रिंटर ते बनाए समान दे विच नट कसदे आ, आ छोटे छोटे ये ऑनलाइन मंगाए सी Amazon तो। मैं जे किसी नूं चाहिए होए तो मैनूं दस दिओ, या तो मेरे तो इंस्टाग्राम से मैसेज कर लियो, मैं उत्थे तुहानूं इन्हां दे लिंक दे दांगा। तो आ इन्हां बारे काफ़ी वीरां दे कमेंट सीगे, तो मैं तुहानूं थोड़ा एक्सप्लेन कर दां तुहानूं कित्थों मिलणगे। कुछ तां इहदे विच आवे को गेयर पए ने आने वाले टाइम च, आ जूनियर के आप इदा का गेयर यूज़ किया डिफरेंशियल से, तो अगले ट्रैक्टर भी यही यूज़ करना। आ वेखो एक क्रॉस पिया मेरे को, जे आ जिहड़ा मैं तुहानूं एक्सल विखाया सी ना, उहदे च क्रॉस है। तो हत्थां दा तुहानूं पता ही हुण मौसम इदा दा, मेरे हत्थां दे शुरू च ही दिक्कत है, आ खराब हो जाते हैं अगो। ठीक है, हालांकि धो के रखी दे ने, पर फिर भी इदा दे ना अगू खराब हो ही जाते आ मौसम आउंदे आ। ये यूज़ हुंदी है दो तारा नूं जोड़न वास्ते, इलैक्ट्रॉनिक शॉप तो तुहानूं ही मिल जूगी। ठीक है, जित्थों अपनी वड्डियां मोटरां दा समान मिलदा ना, उत्थों तुहानूं ही मिल जाणियां। तुसीं उन्हां नूं जाके कह दिओ कि जिहड़ियां मोटरां दा जोड़ लाई देना, उहदे वास्ते सानूं वाशलां चाहीदियां छोटियां, जां तुसीं इहनां नूं निप्पल्स भी कह सकदे हो। ठीक है, ये हुंदा इदां है वी जिहड़े दो जिवें दो तारा ने उहनां नूं जोड़ के उहदे उत्ते चढ़ा देईदा, इहनां नूं चढ़ा के बाद जो उहनूं कुट देईदा, फिर जिहड़ा जोड़ निकलदा नहीं गा इहदे नाल, इह उस चीज़ च यूज़ हुंदियां। तो वो आपां इधर जगाड़ लाया होया, एडो एड साइज़ दियां मिल जाणगियां तुहानूं, ये लंबाई च नहीं मिलनगियां, लंबाई इन्हां दी इन्नी ही होगी, इन्नी ही, पर इन्ना भी जिदा थोड़ियां मोटियां पतलियां सारियां तुहानूं मिल जाणगियां, इलैक्ट्रॉनिक शॉप तो मिल जाणगियां। आ वेखो एडे साइज़ दियां भी तुहानूं ये मिल जाणगियां। ठीक है, तुसीं उत्थों जाके पता कर लियो। तो आ वेखो इहदे विच समान कुछ नहीं, अपने ट्रैक्टरां दे टोचण, ठीक है, आ वेखो ट्रैक्टरां दे टोचण रखे हुए ने, आ छोटे मोटे कटर भी पए ने। ठीक है, छोटे कटर ने, ये अपने इस ड्रिल ड्रिल वास्ते ने छोटे कटर। ठीक है, तो आ भी एक हिसाब का कटर ही है, लकड़ दे विच मोरा कढ़ने वास्ते आ, जिवें जे आपां एडा चौड़ा मोरा कढ़ना है, या एडा चौड़ा आपां नूं लकड़ का गोल टुकड़ा चाहिए, तो इदा आपां लकड़ दे जाऊं तो इदा आपां लकड़ दे विच मोरा कढ़ सकते हैं, ऐ कमा कमा के। ठीक है, उस काम आउंदा, काफ़ी टाइम हो गया उन्हें यूज़ नहीं किया, एवं पिया। इस रोह की लास्ट डब्बा है, मैं भी आओ जी, इन कुछ ने अपने कंध च नट कसन वास्ते मोरा कढ़ के आप गट्टी जी ठोकते हैं, जी प्लास्टिक की वो पे आने अपने जिहड़ियां आप तारा जोड़ते हैं हीट वास्ते ही है भी, जिदा कि अपने तार का जोड़ हुंदा उहदे उत्ते चढ़ा के इहनूं गर्म कर दो, तो श्रिंक हो जाता है, सुकड़ जाता है, तो उहनूं पूरी पकड़ कर लैंदा जोड़ते। ठीक है, फिर जोड़ निकलता नहीं, वैसे भी वेखण च तार सोहणी लगदी, तार वलेटी हुई तार दे उत्ते जदों टेप लेटदे थोड़ी भैड़ी लगदी, नाले तार मोटी हो जाती है, आ जदों उत्ते चढ़ा के इहनूं गर्म कर दी ना, फिर पता नहीं लगता भी इत्थे जोड़ लगा होया। ठीक है, ये भी ऑनलाइन मंगाया सी मैं Amazon तो। गल करदा सामणों पहलां इस काली जी डब्बी तो, जिहदे विच आया अपना चार्जर, इहदे विच पए अपने टूल छोटे, अपनी छोटी ड्रिल वास्ते। ठीक है, छोटा कटर सब कुछ है, मैं तुम कटर दिखाना आखो, तो आ वेखो जी आ अपना स्टैंड, ये स्टैंड इस काम आता है, जिदा दो तारा आप जोड़ते हैं ना आपस च सोल्डरिंग करते हैं, तो फिर कई बार हिल जाएँ, या जो सोल्डरिंग करते हैं तारा गर्म हो जाएँ आप तो फड़िया नहीं जाए हाथ तो, फिर इन्हों के अड़ा के जिदा तार तो उन्होंने आप सोल्डर कर लेने, या कोई होर निका मोटा काम करना तो वो इन्हें हो जाता है, आप ही बनाया वा जुगाड़। लो जी इस डब्बे ने अपनी ड्रिल बिट छोटिया व्डिया सारिया मैटल वास्ते, स्पैशली मैटल वाली ने। ठीक है, अब को तुम तो मैं विखा आ वेखो तुम साइज किनिया छोटिया छोटिया अपने को जड़ियाँ इन ड्रिल पईया हुई हैं आखो। ठीक है, ये सारिया मैटल वाली हैं, ये मैं नॉर्मल लोकल मार्केट तो लैके आया, इन्हों ऑनलाइन मंगवा का नहीं फायदा, मैं मंगवा के वेखिया हुई किसी काम दियाँ नहीं आदियाँ, आंदे ही टुट जाए। तो होर बॉक्स की जिंदे है अपने बैरंग, एक मिनट मैं तुम उत्तों विखा। ठीक है, आ डब्बी मैं तुम्हें बाद दसदा, फिलहाल पहला गल कर लेने आखो, इन मैं लिया के रखे हुए बैरंग नंबर, एक मिनट मैं वेख ला छे, हाँ आ 607 RS बैरंग है, तो काफ़ी लिया के रखे हुए हैं, क्योंकि ट्रैक्टर जी यूज़ करते हैं पहला, हूँ तो थोड़ा चेंज करता है, पर इन्हों का यूज़ अगे आप लाँगे जरूर। तो कुछ आ वेखो मैं जगाड़ जलाउन दिया आने वाले टाइम पर जरा ट्रैक्टर बनाना उनके वास्ते, कि इदा इदा गेयर ला के बनावगा तो बहुत छेती आजूगा। आने कुछ बैरंग जोड़े कि मैं Amazon तो मंगाए थे, आखो ये अपने डिफरेंशियल वास्ते ने, डिफरेंशियल के उत्ते जो एक्सल है ना उसके साइज़ के आने रॉड है जी, डिफरेंशियल के उसके साइज़ के बैरंग ने, आने टाइम तुम पता लग जूगा।
ਆ ਵੀ ਕੁਛ ਗੇਅਰਸ ਨੇ ਆਪਣੇ ਜਿੱਦਾਂ ਡਰਿੱਲ ਵਾਲੇ ਗੇਅਰ ਨੇ ਇੱਦਾਂ ਲਾਉਣ ਵਾਸਤੇ ਵੇਖੋ ਠੀਕ ਹੈ। ਆ ਮੈਂ ਪਲਾਸਟਿਕ ਦੇ ਗੇਅਰ ਮੰਗਾਏ ਸੀ, ਮੈਂ ਕਿਹਾ ਹੋ ਸਕਦਾ ਕਾਮਯਾਬ ਹੋਣ, ਐਮਾਜ਼ੋਨ ਤੋਂ ਮੰਗਾਏ ਸੀ ਉਦੋਂ ਮੈਂ, ਪਰ ਨਹੀਂ ਕਾਮਯਾਬ ਨਹੀਂ ਹੋਏ। ਅਤੇ ਕੁਛ ਉਸ ਤੋਂ ਇਲਾਵਾ ਹੋਰ ਗੇਅਰ ਪਏ ਨੇ, ਬੈਰੰਗ ਪਏ ਹੋਏ ਨੇ ਠੀਕ ਹੈ। ਆ ਹੀ ਹੋਰ ਤਾਂ ਕੁਛ ਇਹਦੇ 'ਚ ਹੈ ਨਹੀਂ ਗਾ। ਉਸ ਤੋਂ ਇਲਾਵਾ ਇੱਕ ਛੋਟਾ ਬੋਕਸ ਹੈ ਇਹਦੇ ਵਿੱਚ, ਅਤੇ ਇਸ ਦੇ ਵਿੱਚ ਗੇਅਰ ਹੀ ਨੇ ਆਪਣੇ ਠੀਕ ਹੈ। ਬੈਰੰਗ ਗੇਅਰ ਕੁਛ ਕਰੋਸ ਇੱਥੇ ਵੀ ਪਏ ਨੇ, ਮੈਨੂੰ ਪਤਾ ਹੀ ਨਹੀਂ ਗਾ, ਮੈਨੂੰ ਇਹ ਸਾਰੇ ਖਤਮ ਹੋ ਗਏ, ਪਰ ਕਰੋਸ ਪਏ ਹੋਏ ਨੇ ਆਪਣੇ ਇੱਥੇ। ਅਤੇ ਕੁਛ ਆ ਗੇਅਰ ਪਏ ਨੇ ਛੋਟੇ, ਇਹ ਮੈਟਲ ਵਾਲੇ ਨੇ ਮੋਟਰ ਦੇ ਅੱਗੇ ਚੜ੍ਹਨ ਵਾਲੇ ਠੀਕ ਹੈ। ਅਤੇ ਮੈਂ ਸਾਰੇ ਔਨਲਾਈਨ ਮੰਗਾਏ ਸੀਗੇ, ਆਈ ਜਾਵਾਂ ਮੈਂ ਠੀਕ ਹੈ। ਅਤੇ ਆਹ ਵੀ ਆਪਣਾ ਬੋਕਸ ਹੈ ਜਿਹਦੇ ਵਿੱਚ ਨੇ ਨਟ ਹੀ ਨਟ, ਦੇਖੋ ਜੀ ਆਹ ਨੇ ਛੋਟੇ ਨਟ ਟਿਵਰੀਆਂ। ਇਹ ਵੀ ਮੈਂ ਲੋਕਲ ਇਲੈਕਟ੍ਰੋਨਿਕ ਸ਼ੋਪ ਤੋਂ ਲਿਆਇਆ ਮੈਂ ਜਾ ਕੇ। ਇਲੈਕਟ੍ਰੋਨਿਕ ਸ਼ੋਪ ਜਿਹੜੇ ਆਪਣੇ ਜਿੱਦਾਂ ਆਪਾਂ ਇਲੈਕਟ੍ਰੋਨਿਕ ਬੋਰਡ ਯੂਜ਼ ਕਰਦੇ ਹਾਂ, ਇਹ ਆਖੋ ਆਹ ਜਿਹੜਾ ਠੀਕ ਹੈ, ਇੱਦਾਂ ਦੇ ਬੋਰਡ ਦੇ ਵਿੱਚ ਨਟ ਲੱਗੇ ਹੁੰਦੇ ਨੇ ਠੀਕ ਹੈ। ਕਿਉਂਕਿ ਹੁਣ ਤਾਂ ਆ ਗਏ ਇੱਦਾਂ ਦੇ ਬੋਰਡ ਜਿਹੜੇ ਕਿ ਲੋਕ ਲੱਗੇ ਪਲਾਸਟਿਕ ਦੇ ਲੋਕ, ਪੁਰਾਣੇ ਬੋਰਡ ਹੁੰਦੇ ਸੀ ਉਹਨਾਂ 'ਚ ਨਟ ਘਸੀਂਦੇ ਸੀ ਫਿਰ ਉਹ ਫਿੱਟ ਹੁੰਦੇ ਸੀ। ਇਹ ਤੁਹਾਨੂੰ ਉਸ ਦੁਕਾਨ ਤੋਂ ਮਿਲ ਜਾਣਗੇ ਠੀਕ ਹੈ, ਇਲੈਕਟ੍ਰੋਨਿਕ ਸ਼ੋਪ ਤੋਂ ਪਤਾ ਕਰ ਲਿਓ। ਅਤੇ ਉਸ ਤੋਂ ਇਲਾਵਾ ਇਹਦੇ ਵਿੱਚ ਇੱਦਾਂ ਦੀ ਇੱਕ ਚੀਜ਼ ਹੈ ਜਿਹੜੀ ਕਿ ਮੈਂ ਹੁਣ ਤੋੜ ਚੁੱਕਿਆ ਖਰਚਾ ਲਾ ਕੇ, ਆਖੋ ਟੁੱਟ ਗਈ। ਇਹ ਹੁੰਦੀ ਹੈ ਜਿੱਦਾਂ ਆਪਾਂ ਡਰਿੱਲ ਨਾਲ ਮੋਰਾ ਕਰ ਲਿਆ ਕਿਸੇ ਲੋਹੇ 'ਚ, ਉਸ ਤੋਂ ਬਾਅਦ ਉਹਦੇ ਵਿੱਚ ਚੂੜੀਆਂ ਬਣਾਉਣੀਆਂ ਹੁਣ ਠੀਕ ਹੈ। ਇਹ ਚੂੜੀਆਂ ਬਣਾ ਕੇ ਤੁਸੀਂ ਡਾਇਰੈਕਟ ਆ ਨਟ ਵਿੱਚ ਕੱਸ ਸਕਦੇ ਹੋ। ਮੈਂ ਉਹ ਲਿਆਇਆ ਸੀਗਾ, ਇੱਕ ਟੁੱਟ ਗਈ ਹੈ, ਬਾਕੀ ਦੂਜੀਆਂ ਪਈਆਂ ਹੋਈਆਂ ਜੇ ਮੇਰੇ ਕੋਲ, ਆ ਵੇਖੋ ਆਹ ਸਹੀ ਕੰਮ ਕਰਦੀਆਂ ਸਾਰੀਆਂ। ਇਹ ਬਿਲਕੁਲ ਇਹਨਾਂ ਦੇ ਸਾਈਜ਼ ਦੀ ਚੂੜੀ ਬਣਾਉਂਦੀਆਂ, ਯਾਨੀ ਕਿ ਜੇ ਲੋਹੇ ਦਾ ਟੁਕੜਾ ਉਹਦੇ ਵਿੱਚ ਆ ਪੈਂਦੇ ਆ, ਚੂੜੀ ਬਣਾ ਕੇ ਡਾਇਰੈਕਟ ਆ ਨਟ ਜਿਹੜਾ ਵਿੱਚ ਐਂ ਕੱਸ ਸਕਦੇ ਹਾਂ ਠੀਕ ਹੈ। ਅਤੇ ਉਸ ਕੰਮ ਆਉਂਦੀਆਂ, ਆਉਣ ਵਾਲੇ ਟਾਈਮ 'ਚ ਬਣਾਈਆਂ ਵੀ ਨੇ ਕਾਫੀ ਪ੍ਰੋਜੈਕਟ ਚੱਲਦਿਆਂ 'ਚ, ਅਤੇ ਬਾਕੀ ਆਉਣ ਵਾਲੇ ਟਾਈਮ 'ਚ ਆਪਾਂ ਬਣਾਵਾਂਗੇ ਵੀ ਹੋਰ ਠੀਕ ਹੈ। ਆਉਣ ਵਾਲੇ ਵੀਡੀਓ 'ਚ ਤੁਹਾਨੂੰ ਪਤਾ ਲੱਗ ਜੂ ਇਹਨਾਂ ਦਾ ਯੂਜ਼ ਕੀ ਹੈ। ਲਓ ਜੀ ਆਹ ਜੀ ਆਪਣਾ ਪਲਾਸਟਿਕ ਦੇ ਗੇਅਰਸ ਵਾਲਾ ਪਿਟਾਰਾ, ਜਿਹਦੇ ਵਿੱਚ ਮੇਰੇ ਹੁਣ ਤੱਕ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਗੇਅਰ ਨੇ। ਅੱਜ ਤੋਂ 4 ਸਾਲ ਪਹਿਲਾਂ ਮੈਂ ਸ਼ੁਰੂ ਕੀਤਾ ਸੀ ਠੀਕ ਹੈ, ਉਦੋਂ ਦੇ ਵੀ ਇਹਦੇ ਵਿੱਚ ਗੇਅਰ ਪਏ ਹੋਏ ਨੇ। ਆਹ ਕੁਛ ਪਲਾਸਟਿਕ ਦੇ ਡਿਫਰੈਂਸ਼ੀਅਲ ਨੇ ਜਿਹੜੇ ਕਿ ਮੈਂ ਔਨਲਾਈਨ ਮੰਗਾਏ ਸੀਗੇ ਆਪਣੇ ਦੂਸਰੇ ਮੈਟਲ ਡਿਫਰੈਂਸ਼ੀਅਲਾਂ ਦੇ ਨਾਲ ਹੀ, ਉਹ ਪਏ ਹੋਏ ਨੇ, ਅੱਗੇ ਆਉਣ ਵਾਲੇ ਟਾਈਮ 'ਚ ਯੂਜ਼ ਕਰਾਂਗੇ। ਆਹ ਵੀ ਡਿਫਰੈਂਸ਼ੀਅਲ ਹੈ ਠੀਕ ਹੈ, ਐਡਾ ਛੋਟਾ ਡਿਫਰੈਂਸ਼ੀਅਲ ਹੈ ਪਰ ਇਹ ਵਰਕ ਕਰਦਾ ਹੈ, ਪਰ ਹੈਵੀ ਜ਼ਿਆਦਾ ਲੋਡ ਦਾਂਗੇ ਫਿਰ ਨਹੀਂ ਵਰਕ ਕਰਦਾ, ਨੋਰਮਲ ਕੰਮ 'ਚ ਵਰਕ ਕਰਦਾ ਬਹੁਤ ਵਧੀਆ ਠੀਕ ਹੈ। ਉਸ ਤੋਂ ਇਲਾਵਾ ਗੇਅਰ ਨੇ ਬਹੁਤ ਸਾਰੇ ਛੋਟੇ ਛੋਟੇ ਪੁਲੀਆਂ ਨੇ, ਕੁਛ ਮੋਟਰਾਂ ਨੇ, ਆਹ ਕੁਛ ਸ਼ੋਕਰ ਪਏ ਹੋਏ ਨੇ ਆਪਣੇ ਮੋਨਸਟਰ ਟਰੱਕਾਂ ਦੇ, ਅਤੇ ਆਉਣ ਵਾਲੇ ਟਾਈਮ 'ਚ ਵੀ ਯੂਜ਼ ਕਰਨੇ ਆਪਾਂ। ਇਹਦੇ ਵਿੱਚ ਨੇ ਆਪਣੀਆਂ ਸਾਰੀਆਂ ਬੈਟਰੀਆਂ ਠੀਕ ਹੈ। ਆਹ ਮੈਂ ਪਹਿਲਾਂ ਜਿਹੜਾ ਚਾਰਜਰ ਤੁਹਾਨੂੰ ਵਿਖਾਇਆ ਸੀ ਇਹ ਆਹ ਜਿਹੜਾ ਠੀਕ ਹੈ, ਉਹ ਜਿਹੜਾ ਚਾਰਜਰ ਮੈਂ ਇਹਨਾਂ ਬੈਟਰੀਆਂ ਲਈ ਮੰਗਾਇਆ ਸੀਗਾ, ਆਹ ਵੇਖੋ ਆਹ ਜਿਹੜੇ ਆ 3 ਪਿੰਨ, ਜਿਵੇਂ 4 ਪਿੰਨ ਜਿੰਨੇ ਵੀ ਸੈੱਲ ਵਾਲੀ ਆਪਾਂ ਬੈਟਰੀ ਬਣਾਉਂਦੇ ਹਾਂ ਉਸ ਹਿਸਾਬ ਨਾਲ ਵਿੱਚ ਲਾ ਕੇ ਇੱਥੋਂ ਚਾਰਜ ਹੁੰਦੀਆਂ, ਇੱਥੋਂ ਆਪਾਂ ਜਿਹੜੀ ਪਾਵਰ ਦੇ ਸਕਦੇ ਹਾਂ ਟਰੈਕਟਰ ਨੂੰ, ਰਿਮੋਟ ਨੂੰ, ਕਿਸੇ ਨੂੰ ਵੀ ਪਾਵਰ ਦੇਣੀ ਹੋਏ ਸ਼ੂ ਤੋਂ, ਇਹ ਸ਼ੂ ਤੋਂ ਹੀ ਚਾਰਜ ਹੁੰਦੀਆਂ ਠੀਕ ਹੈ। ਇਹ ਮੈਂ ਬਣਾਈਆਂ ਹੋਈਆਂ, ਮੈਂ ਚਾਰਜ ਕਰਕੇ ਵਿਖਾਇਆ, ਸਭ ਕੁਝ ਵਿਖਾਇਆ ਡਿਟੇਲ 'ਚ, ਤੁਸੀਂ ਚੈਨਲ ਦੇ ਵੀਡੀਓਜ਼ ਵੇਖ ਲਿਓ। ਅਤੇ ਆਹ ਕੁਛ ਸੈੱਲ ਨੇ, ਕੁਛ ਉਂਝ ਪਏ ਨੇ ਸੈੱਲ ਆਪਣੇ ਜੋਂਡੀ ਰਸਤੇ ਅੱਡ ਸੈੱਲ ਨੇ, ਕਿਉਂਕਿ ਉਹਦੇ 'ਚ ਇੱਕ ਇੱਕ ਸੈੱਲ ਪੈਂਦਾ। ਅਤੇ ਬਾਕੀ ਹੋਰ ਵੀ ਬੈਟਰੀਆਂ ਬੂਟਰੀਆਂ ਸਭ ਇਹਦੇ ਵਿੱਚ ਪਈਆਂ ਹੋਈਆਂ। ਇਸ ਦੇ ਵਿੱਚ ਨੇ ਆਪਣੇ ਸਾਰੇ ਕਨੈਕਟਰ, ਜਿੰਨੇ ਵੀ ਆਪਣੇ ਟਰੇਟਰਾਂ 'ਚ ਆਪਾਂ ਯੂਜ਼ ਕਰਦੇ ਹਾਂ ਕਨੈਕਟਰ, ਸਾਰੇ ਆਪਣੇ ਕੋਲ ਵਿੱਚ ਪਏ ਹੋਏ ਨੇ। ਆਹ ਮੈਂ ਸਾਰੇ ਔਨਲਾਈਨ ਮੰਗਾਏ ਸੀਗੇ ਐਮਾਜ਼ੋਨ ਤੋਂ, ਆਹ ਜਿਹੜੇ ਮੈਂ ਲੋਕਲ ਮਾਰਕੀਟ ਤੋਂ ਲੈ ਕੇ ਆਇਆ ਸੀ ਇਲੈਕਟ੍ਰੋਨਿਕ ਸ਼ੋਪ ਤੋਂ ਠੀਕ ਹੈ, ਉੱਥੋਂ ਤੁਹਾਨੂੰ ਮਿਲ ਜਾਣੇ। ਇਹ ਨੋਰਮਲੀ ਆਪਣੇ ਟਰੈਕਟਰਾਂ 'ਚ ਯੂਜ਼ ਹੁੰਦੇ ਨੇ, ਟਰੈਕਟਰਾਂ ਦੇ ਡੈੱਕ ਡੁੱਕ ਕਨੈਕਟ ਕਰਨ ਲਈ ਜਾਂ ਟਰੈਕਟਰਾਂ ਦੀ ਵਾਇਰਿੰਗ ਕਨੈਕਟ ਕਰਨ ਲਈ, ਇਹ ਤੁਹਾਨੂੰ ਉੱਥੋਂ ਮਿਲ ਜਾਣਗੇ, ਤੁਸੀਂ ਉੱਥੋਂ ਪਤਾ ਕਰ ਲਿਓ। ਅਤੇ ਆਹ ਮੈਂ ਤਾਰਾਂ ਮੰਗਾਈਆਂ ਸੀ ਆਪਣੀ ਬੈਟਰੀਆਂ ਬਣਾਉਣ ਵਾਸਤੇ, ਜਿਹੜੀਆਂ ਹੁਣੇ ਮੈਂ ਤੁਹਾਨੂੰ ਬੈਟਰੀਆਂ ਵਿਖਾਈਆਂ। ਆਹ ਇੱਕ ਬੋਕਸ ਹੈ ਜਿਹਦੇ ਵਿੱਚ ਆਪਣੀਆਂ ਪਈਆਂ ਸਾਰੀਆਂ ਸਰਵੋ ਮੋਟਰਾਂ, ਅਤੇ ਉਹਨਾਂ ਦੇ ਉੱਤੇ ਲੱਗਣ ਵਾਲੇ ਸਾਰੇ ਕਨੈਕਟਰ ਜਿੰਨੇ ਵੀ ਮੋੜ ਆਪਾਂ ਨੂੰ ਮਿਲਦੇ ਨਾਲ, ਉਹ ਸਾਰੇ ਵਿੱਚ ਪਏ ਹੋਏ ਨੇ। ਇਹਦੇ ਥੱਲੜੇ ਬੱਚੇ ਦੇ ਪਏ ਨੇ ਨਟ ਵਗੈਰਾ, ਆਹ ਵੇਖੋ ਠੀਕ ਹੈ। ਇਹ ਸਰਵੋ ਵਾਲਾ ਡੱਬਾ ਆਪਣਾ ਲੌਕ ਬੋਕਸ, ਜਿਹੜਾ ਮੇਨ ਕੁਛ ਰਹਿ ਗਿਆ ਉਹ ਮੈਂ ਦਬਾ ਦਬਾ ਵਿਖਾ ਦਿੰਦਾ ਤੁਹਾਨੂੰ। ਆਹ ਵੇਖੋ ਥੱਲੜਾ ਥਾਂ ਹੈ, ਇਹ ਆਹ ਇੱਕ ਡੱਬਾ, ਇਹਦੇ ਵਿੱਚ ਆਪਣੀਆਂ ਤਾਰਾਂ ਤੂਰਾਂ ਪਈਆਂ, ਜਿੰਨੇ ਵੀ ਆਪਾਂ ਟਰੈਕਟਰ 'ਤੇ ਵਾਇਰਿੰਗ ਵਗੈਰਾ ਕਰਦੇ ਨਾ, ਉਹਦੇ ਛੋਟੀਆਂ ਛੋਟੀਆਂ ਤਾਰਾਂ ਮੈਂ ਡੱਬੇ 'ਚ ਰੱਖੀਆਂ ਹੋਈਆਂ। ਆਹ ਜਿਹੜੀ ਆਪਾਂ ਨਵੀਂ ਬੈਟਰੀ ਲਿਆਏ ਸੀਗੇ, ਕੁਛ ਇਹਦੇ ਥੱਲੇ ਮੈਂ ਵਿਖਾਉਂਦਾ, ਆਹ ਵੇਖੋ ਇਹਦੇ ਥੱਲੇ ਰੱਖੇ ਹੋਏ ਨੇ ਆਪਣੇ ਟਰੈਕਟਰ ਦੇ ਵੇਟ, ਜਿਹਨਾਂ ਵੀ ਟਰੈਕਟਰਾਂ ਦੇ ਵੇਟ ਪਾਉਂਦੇ ਆ ਉਹ ਰੱਖਿਆ ਹੋਇਆ। ਕੁਛ ਤਾਰਾਂ ਨੇ ਲੋਹੇ ਦੀਆਂ ਯੂਜ਼ ਕਰਦੇ, ਜਿਹੜੀਆਂ ਆਪਾਂ ਕੁਛ ਇੱਦਾਂ ਦੀਆਂ ਪੈਪਾਂ ਵਗੈਰਾ ਯੂਜ਼ ਕਰਦੇ ਆਪਾਂ ਠੀਕ ਹੈ, ਉਹ ਸਭ ਕੁਛ ਇਹਦੇ ਥੱਲੇ ਪਿਆ ਸਮਾਨ। ਅਤੇ ਆਪਾਂ ਪਲਾਸਟਿਕ ਦੀਆਂ ਸ਼ੀਟਾਂ ਯੂਜ਼ ਕਰਦੇ ਆਪਣੇ ਟਰੈਕਟਰਾਂ 'ਚ ਠੀਕ ਹੈ, ਇਹ ਉਹ ਪਈਆਂ ਹੋਈਆਂ ਇੱਥੇ, ਆਹ ਵੇਖੋ। ਉਸ ਤੋਂ ਇਲਾਵਾ ਇੱਥੇ ਥੱਲੇ ਡੱਬਾ ਹੈ, ਇਹਦੇ ਵਿੱਚ ਕੋਈ ਟਰੈਕਟਰਾਂ ਦੀਆਂ ਬੋਡੀਆਂ ਵਗੈਰਾ ਪਈਆਂ ਨੇ ਜਿਹੜੇ ਆਉਣ ਵਾਲੇ ਟਾਈਮ 'ਚ ਆਪਾਂ ਬਣਾਉਣੇ ਨੇ। ਅਤੇ ਆਹ ਡੱਬੇ ਦੇ ਵਿੱਚ ਕੁਛ ਨਹੀਂ ਗਾ ਫਿਲਹਾਲ, ਖਾਲੀ ਹੈ। ਆਪਣਾ ਮੇਨ ਜਿਹੜਾ ਪੀਸੀ ਹੈ, ਕੰਪਿਊਟਰ, ਕੀਬੋਰਡ, ਇੱਧਰ ਆਪਣਾ ਪ੍ਰਿੰਟਰ ਪਿਆ, ਪਿੱਛੇ ਆਪਣੇ ਫਿਲਮੈਂਟ ਪਏ ਹੋਏ ਨੇ, ਉਸ 'ਤੇ ਅੱਗੇ ਆਪਣੀ ਬੋਟ ਪਈ ਹੋਈ ਹੈ, ਇੱਧਰ ਥੋੜ੍ਹਾ ਜਿਹਾ ਘਾਹ ਪਿਆ ਹੋਇਆ, ਉੱਤੇ ਆਪਣਾ ਮਾਸਕ ਪਿਆ ਹੋਇਆ, ਅਤੇ ਇੱਥੇ ਆਪਣਾ ਬੈਗ ਟੰਗਿਆ ਹੋਇਆ ਜਿਹਦੇ 'ਚ ਆਪਾਂ ਜਦੋਂ ਵਲੋਗਿੰਗ ਕਰਨ ਜਾਂਦੇ ਹਾਂ ਸਮਾਨ ਪਾਉਂਦੇ ਹਾਂ। ਆਪਣੀ ਗਿੰਬਲ ਵਾਸਤੇ ਇੱਥੇ ਜਿਹੜਾ ਉਹਨਾਂ ਨਾਲ ਦਿੱਤਾ ਸੀ ਗਿੰਬਲ ਪਾਉਣ ਵਾਸਤੇ,
वीडियो बहुत ज्यादा लंबी हो जानी है, मैं ना थोड़ा फास्ट की हुई है, छेती छेती बोल के नबेड़िया। हाँ जी फिलहाल वीडियो इतों तक ही सी, वीडियो देखने बहुत बहुत धन्यवाद जी सारे वीरां दा, जिहड़े वीर चैनल दे नवे ने सबसक्राइब कर लियो, आने वाले टाइम तुहानू होर इदां दे व्लॉग्स वीडियोज मिलदियां रहनगियां। ठीक है जी, ओके बाय, रब रखा।